1 ਜੂਨ ਨੂੰ ਹੋਣ ਵਾਲੀਆਂ ਪਾਰਲੀਮੈਂਟ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪਣਾ ਚੋਣ ਮੈਦਾਨ ਪਖਾਇਆ ਹੋਇਆ ਹੈ ਅਤੇ ਵੱਖ ਵੱਖ ਪਾਰਟੀਆਂ ਪਿੰਡਾਂ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਆਪਣਾ ਚੋਣ ਮੈਨੀਫੈਸਟੋ ਸਮੇਤ ਪਾਰਟੀ ਦੁਆਰਾ ਕੀਤੇ ਕੰਮਾਂ ਨੂੰ ਗਿਣਾਇਆ ਜਾ ਰਿਹਾ ਹੈ। ਜਿਸ ਤਹਿਤ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਹੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਤਲਵੰਡੀ ਸਾਬੋ ਅਤੇ ਰਾਮਾ ਮੰਡੀ ਸ਼ਹਿਰ ਵਿੱਚ ਜਨਤਕ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਉਹਨਾਂ ਪੰਜਾਬ ਵਿੱਚ ਕੀਤੇ ਹੋਏ ਕੰਮਾਂ ਨੂੰ ਲੈ ਕੇ ਵੋਟ ਮੰਗੀ, ਉੱਥੇ ਹੀ ਉਹਨਾਂ ਆਪਣੇ ਵੱਲੋਂ ਕੀਤੇ ਜਾਣ ਵਾਲੇ ਵਾਅਦੇ ਵੀ ਲੋਕਾਂ ਨੂੰ ਦੱਸੇ ਕਿ ਕਿਸ ਤਰ੍ਹਾਂ ਅਗਰ ਉਹ ਕਾਮਯਾਬ ਹੁੰਦੇ ਹਨ ਤਾਂ ਉਹ ਪੰਜਾਬ ਜਾਂ ਹਲਕਾ ਬਠਿੰਡਾ ਲਈ ਕੀ ਕੀ ਕਰਨਗੇ। ਤੁਹਾਨੂੰ ਸੁਣਾ ਦਿੰਦੇ ਹਾਂ ਉਹਨਾਂ ਨੇ ਕੀ ਕਿਹਾ। ਇਸ ਤੋਂ ਪਹਿਲਾਂ ਹਲਕਾ ਤਲਵੰਡੀ ਸਾਬੋ ਤੋਂ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਚੀਫ ਵਿਪ ਪੰਜਾਬ ਨੇ ਵੀ ਤਲਵੰਡੀ ਸਾਬੋ ਵਿੱਚ ਜਨਤਕ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਹਾਜ਼ਰੀ ਭਰੀ ਅਤੇ ਉਹਨਾਂ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਪਾਰਟੀ ਵੱਲੋਂ ਲੋਕਾਂ ਨੂੰ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕੀ ਸਹੂਲਤਾਂ ਹੋਰ ਮਿਲਣਗੀਆਂ। ਕੀ ਕਿਹਾ ਇਸ ਮੌਕੇ ਖੇਤੀਬਾੜੀ ਮੰਤਰੀ ਪੰਜਾਬ ਨੇ, ਤੁਹਾਨੂੰ ਸੁਣਾਉਂਦੇ ਸਰ। ਚੋਣ ਮੁਹਿੰਮ ਦੀ ਜੇ ਗੱਲ ਕਰੀਏ ਕਿੱਦਾਂ ਚੱਲਦੀ ਹੈ ਚੋਣ ਮੁਹਿੰਮ, ਤੁਸੀਂ ਲਗਾਤਾਰ ਫਿੱਟ ਚੱਲ ਰਹੇ ਹੋ? ਦੇਖੋ ਜੀ, ਬਠਿੰਡੇ ਹਲਕੇ ਦੇ ਸਾਰੇ ਮੈਂ ਵਿਧਾਨ ਸਭਾ ਹਲਕਿਆਂ ਦੇ ਤਕਰੀਬਨ ਇੱਕ ਵਾਰੀ ਵਰਕਰ ਸਾਹਿਬਾਨ ਨਾਲ ਕੁਛ ਪਿੰਡਾਂ ਵਿੱਚ ਵੀ ਗੇੜਾ ਲਾ ਕੇ ਅੱਡੇ, ਬਹੁਤ ਵਧੀਆ ਹੰਗਾਰਾ ਮਿਲ ਰਿਹਾ। ਲੋਕ ਇੱਕ ਅਪਣੱਤ ਨਾਲ ਮਿਲਦੇ ਆ, ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਬਗਾਨਾ ਬੰਦਾ, ਨਹੀਂ ਤਾਂ ਕਦੇ ਵਜ਼ੀਰ ਆ ਜਾਂਦੇ ਸੀ, MLA ਦੇ ਰੱਸੇ ਬੰਨ ਕੇ ਖੜ੍ਹ ਜਾਂਦੇ ਸੀ, ਲੋਕਾਂ ਨੂੰ ਨੇੜੇ ਨਹੀਂ ਲੱਗਣ ਦੇ, ਜਿਹਦੇ ਨਾਲ ਹਰ ਇੱਕ ਬੰਦਾ ਆਪਣੀ ਖੁੱਲ੍ਹ ਕੇ ਗੱਲਬਾਤ ਕਰ ਸਕਦਾ, ਆਪਣੀ ਰਾਏ ਦੇ ਸਕਦਾ, ਮੈਨੂੰ ਵੀ ਕੋਈ ਆਪਣੇ ਵੱਲੋਂ ਕਹਿ ਸਕਦਾ ਅਤੇ ਮੈਥੋਂ ਵੀ ਉਹਦੇ ਵਾਸਤੇ ਪੁੱਛ ਸਕਦਾ। ਮੈਂ ਕਦੇ ਕਿਸੇ ਨੂੰ ਇਸ ਗੱਲ ਤੋਂ ਪਾਸੇ ਨਹੀਂ। ਮੇਰਾ ਦੋ ਸਾਲਾਂ ਦਾ ਸਮਾਂ ਜਿਹਦੇ 'ਚ MLA ਵਜ਼ੀਰ ਬਹੁਤ ਸਾਰੇ ਲੋਕ ਕੰਮ ਧੰਦਿਆਂ ਲਈ ਵੀ ਆਉਂਦੇ ਜਾਂਦੇ ਰਹੇ, ਉਹਨਾਂ ਨੂੰ ਵੀ ਪਤਾ ਕਿ ਕਿਸ ਤਰ੍ਹਾਂ ਆਏ ਨੂੰ ਉਹਦਾ ਮਾਨ ਸਨਮਾਨ ਦਾ ਕੰਮ ਕਾਰ ਜਿੰਨਾ ਮੈਂ ਕਰ ਸਕਦਾ ਸੀ। ਸਾਰੇ ਕੰਮ ਤਾਂ ਮੈਂ ਨਹੀਂ ਕਹਿੰਦਾ ਕਿ ਹਰ ਇੱਕ ਬੰਦਾ ਕਰ ਸਕਦਾ, ਪਰ ਜਿੱਥੋਂ ਮੈਂ ਪੂਰੀ ਇਮਾਨਦਾਰੀ ਨਾਲ ਜਿੱਥੇ ਮੈਂ ਕਰ ਸਕਦਾ ਪਿਛਾ ਨਹੀਂ। ਕਿਸਾਨ ਜਥੇਬੰਦੀਆਂ ਜਿਹੜਾ ਲਗਾਤਾਰ ਵਿਰੋਧ ਕਰ ਰਹੀਆਂ ਭਾਜਪਾ ਦਾ, ਕੀ ਕਹਿਣਾ ਚਾਹੁੰਦੀਆਂ ਜੀ? ਮਤਲਬ ਨਾਲ ਪਹਿਲਾਂ ਅਕਾਲੀ ਦਲ ਵੀ ਸੀ, ਤੁਸੀਂ ਹੁਣੇ ਗੱਲ ਕਰੀਏ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਗੱਲ ਤਾਂ ਇਹ ਆ ਵੀ ਕਿਸਾਨ ਹੀ ਇੱਕ ਹੈ ਜਾਂ ਮਜ਼ਦੂਰ ਆ ਜਿਹੜੇ ਦੇਸ਼ ਦੀ ਨੀਂਹ ਬਣਾਉਂਦੇ ਆ। ਜੇ ਸਾਰਾ ਮੁਲਕ ਪੇਟ ਭਰ ਕੇ ਅਨਾਜ ਰੋਟੀ ਖਾਂਦਾ ਤਾਂ ਉਹ ਕਿਸਾਨ ਮਜ਼ਦੂਰ ਦੇ ਸਦਕਾ ਹੀ ਹੈ, ਪਰ ਬਹੁਤ ਲੰਮੇ ਸਮੇਂ ਤੋਂ ਵੱਡੇ ਵੱਡੇ ਜਿਹੜੇ ਘਰਾਣੇ ਆ ਉਹਨਾਂ ਨੂੰ ਬਹੁਤ ਛੋਟਾਂ ਦਿੱਤੀਆਂ ਜਾਂਦੀਆਂ, ਉਹਦੇ ਵਿੱਚ ਲੋਕਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਵੀ ਪਾਇਆ। ਸੈਂਟਰ ਸਰਕਾਰ ਨੇ ਕਾਲੇ ਕਾਨੂੰਨ ਲੈ ਆਉਂਦੇ ਸੀ ਜਿਹੜੇ ਸਾਨੂੰ ਬਰਬਾਦ ਕਰਨ ਵਾਸਤੇ, ਉਹਨਾਂ ਨੂੰ ਰੋਕਿਆ ਵੀ ਗਿਆ। ਉਸ ਵੇਲੇ MSP ਦੀ ਗੱਲ ਵੀ ਚੱਲੀ ਸੀ ਹਮੇਸ਼ਾ ਜੀ, ਕਿਉਂਕਿ ਜੇ ਫਸਲਾਂ ਦੀ MSP ਦਿੱਤੀ ਜਾਵੇ ਤਾਂ ਅਸੀਂ ਸਾਰੇ ਲੋਕ ਜਿਹੜੀ ਸਾਡੀ ਜ਼ਮੀਨ ਉਹਨੂੰ ਬਣਦੀ ਆ ਉਹ ਬੀਜ ਲਈਏ, ਸਾਡੇ ਕੋਲ ਪਾਣੀ ਘੱਟ ਆ ਤਾਂ ਅਸੀਂ ਝੋਨਾ ਨਾ ਲਾਈਏ, ਅਸੀਂ ਉਹੋ ਜਿਹੀ ਫਸਲ ਬੀਜ ਲਈਏ ਜਿਹੜੀ ਹਰ ਇੱਕ ਫਸਲ ਉਹ ਸਰਕਾਰ ਲੈਣ ਲਈ ਆਪਣੇ ਵੱਲੋਂ ਉਹਦਾ ਹੱਕ ਬਣਦਾ। ਪਾਰਲੀਮੈਂਟ ਦੇ ਮੈਂਬਰਾਂ ਦਾ ਫਰਜ਼ ਹੀ ਬਣਦਾ ਆਪਦੇ ਲੋਕਾਂ ਦੀ ਗੱਲ ਕਰਨੀ, ਆਪਦੇ ਸੂਬੇ ਦੀ ਗੱਲ ਕਰਨੀ, ਆਪਦੇ ਹਲਕੇ ਦੀ ਗੱਲ ਕਰਨੀ। ਮੈਂ ਇੱਕ ਕਿਸਾਨ ਪਰਿਵਾਰ 'ਚੋਂ ਹਾਂ, ਪਹਿਲ ਦੇ ਆਧਾਰ 'ਤੇ ਇਹ ਮੁੱਦਿਆਂ 'ਤੇ ਗੱਲ ਕਰਨੀ।
ਇਸ ਮੌਕੇ ਟੇਕ ਸਿੰਘ ਬੰਗੀ, ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਸਾਬੋ, ਗੁਰਪ੍ਰੀਤ ਕੌਰ, ਚੇਅਰਪਰਸਨ ਮਾਰਕੀਟ ਕਮੇਟੀ ਰਾਮਾ, ਆਪ ਆਗੂ ਗੁਰਦੀਪ ਸਿੰਘ ਤੂਰ, ਡਾਕਟਰ ਸੁਖਦੇਵ ਸਿੰਘ ਤਲਵੰਡੀ ਸਾਬੋ ਅਤੇ ਭੂਰਾ ਸਿੰਘ ਗੁਰੂਸਰ ਨੇ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ ਅਤੇ ਵੋਟ ਪਾਉਣ ਦੀ ਅਪੀਲ ਕੀਤੀ। ਤਲਵੰਡੀ ਸਾਬੋ ਤੋਂ ਲਖਵਿੰਦਰ ਨਥੇਹਾ ਦੀ ਰਿਪੋਰਟ।